ਅਜਿਸੀ ਇੱਕ ਹੋਰ ਅਫਸਰ ਜੋੜੀ ਦੀ ਗੱਲ ਕਰਾਂਗੇ ਦੋਨੇ ਮੀਆਂ ਬੀਬੀ ਆਈਪੀਐਸ ਅਫਸਰ ਨੇ ਪੰਜਾਬ ਦੇ ਵਿੱਚ ਹੀ ਕੰਮ ਕਰ ਰਹੇ ਨੇ ਹਾਲਾਂਕਿ ਦੋਨੇ ਦੂਜੇ ਸੂਬੇ ਦੇ ਰਹਿਣ ਵਾਲੇ ਨੇ ਲੇਖਣਾ ਉਹਨਾਂ ਨੂੰ ਪੰਜਾਬ ਕੀ ਡਰ ਮਿਲਿਆ ਤੇ ਇਸ ਸਮੇਂ ਪੰਜਾਬ ਦੇ ਵਿੱਚ ਬਤੌਰ ਉਹ ਪੁਲਿਸ ਮਹਿਕਮੇ ਦੇ ਵਿੱਚ ਬਤੌਰ ਅਫਸਰ ਕੰਮ ਕਰ ਰਹੇ ਨੇ ਅਗਰ ਗੱਲ ਕੀਤੀ ਜਾਵੇ ਆਈਪੀਐਸ ਅਧਿਕਾਰੀ ਦੀਪਕ ਪਰੀਖ ਦੀ 2014 ਬੈਚ ਦੇ ਆਈਪੀਐਸ ਅਧਿਕਾਰੀ ਨੇ ਵੈਸੇ ਤਾਂ ਇਹ ਰਾਜਸਥਾਨ ਦੇ ਡਿਸਟ੍ਰਿਕਟ ਜੁੰਜਨੂ ਦੇ ਜਿਹੜਾ ਜ਼ਿਲ੍ਹਾ ਉਸ ਕਸਬੇ ਇਕਪ ਪਲਾਨੀ ਪਲਾਨੀ ਕਸਬੇ ਦੇ ਰਹਿਣ ਵਾਲੇ ਨੇ ਲੇਕਿਨ ਜਦੋਂ ਸਿਵਲ ਸਰਵਿਸ ਦੀ ਤਿਆਰੀ ਕਰਦੇ ਨੇ ਤੇ ਉਹ ਆਈਪੀਐਸ ਅਫਸਰ ਬਣ ਜਾਂਦੇ ਨੇ ਤੇ ਉਹਨਾਂ ਨੂੰ ਪੰਜਾਬ ਕਾਡਰ ਅਲਾਟ ਕੀਤਾ ਜਾਂਦਾ ਵੈਸੇ ਇਹਨਾਂ ਨੇ ਮਕੈਨੀਕਲ ਚਾ ਡਿਗਰੀ ਕੀਤੀ ਹੋਈ ਹੈ ਐਮਟੈਕ ਕੀਤੀ ਹੋਈ ਹੈ ਔਰ ਉਸ ਤੋਂ ਬਾਅਦ ਉਹ ਸਿਵਲ ਸਰਵਿਸ ਦੀ ਤਿਆਰੀ ਕਰਦੇ ਨੇ ਤੇ ਫਿਰ ਉਹਨਾਂ ਦਾ ਚੰਗਾ ਰੈਂਕ ਆਉਂਦਾ ਔਰ ਪੰਜਾਬ ਦੇ ਵਿੱਚ ਉਹਨਾਂ ਨੂੰ ਕਾਡਰ ਮਿਲ ਜਾਂਦਾ ਹੈਗਾ ਔਰ ਦੋ ਜ਼ਿਲ੍ਹਿਆਂ ਦੇ ਐਸਐਸਪੀ ਰਹਿ ਚੁੱਕੇ ਨੇ ਪਹਿਲਾਂ ਐਸਐਸਪੀ ਮਾਨਸਾ ਵੀ ਰਹਿ ਚੁੱਕੇ ਨੇ ਉਸ ਤੋਂ ਬਾਅਦ 4 ਮਈ 2022 ਨੂੰ ਇਹਨਾਂ ਨੂੰ ਏਆਈਜੀ ਪਰਸਨਲ ਤੋਂ ਬਦਲ ਕੇ ਇਹਨਾਂ ਨੂੰ ਐਸਐਸਪੀ ਪਟਿਆਲਾ ਲਗਾਇਆ ਗਿਆ ਸੀ ਉੱਥੇ ਕੁਝ ਮਹੀਨੇ ਰਹਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਫਿਰ ਐਸਐਸਪੀ ਅਹੁਦੇ ਤੋਂ ਹਟਾ ਕੇ ਅੱਜਕੱਲ੍ਹ ਫਿਰ ਬਤੌਰ ਏਆਈਜੀ ਪੰਜਾਬ ਪੁਲਿਸ ਹੈੱਡਕੁਆਰਟਰ ਤੇ ਕੰਮ ਕਰ ਰਹੇ ਨੇ ਇਹਨਾਂ ਦੇ ਪਿਤਾ ਬਾਰੇ ਵੀ ਜ਼ਿਕਰ ਆਂਦਾ ਹੈਗਾ ਕਿ ਉਹ ਉੱਥੇ ਵਿਦਿਆਨਗਰ ਜਿਹੜੀ ਪਾਲਿਕਾ ਪਲਾਨੀ ਉਹਦੇ ਚੇਅਰਮੈਨ ਨੇ ਤੇ ਖੁਦ ਇੱਕ ਡਾਕਟਰ ਨੇ ਡਾਕਟਰ ਆਰ ਪੀ ਪ੍ਰੀਕ ਉਹਨਾਂ ਦਾ ਨਾਮ ਹੈ ਤੇ ਚਰਚਾ ਕਾਫੀ ਰਹੀ ਹੈ ਜਦੋਂ ਕਰੋਨਾ ਕਾਲ ਸੀ ਉਸ ਸਮੇਂ ਦੀਪਕ ਪ੍ਰੀਕ ਉਹਨਾਂ ਦਾ ਬਤੌਰ ਲੁਧਿਆਣੇ ਕੰਮ ਕੀਤਾ ਅਗਾ ਸੀ ਡੀਸੀਪੀ ਔਰ ਜਦਕਿ ਇਹਨਾਂ ਦੇ ਪਿਤਾ ਨੇ ਉੱਥੇ ਕਰੋਨਾ ਕਾਲ ਦੇ ਵਿੱਚ ਕੰਮ ਕੀਤਾ ਸੀ ਇਸ ਕਰਕੇ ਉਸ ਸਮੇਂ ਵੀ ਦੋਨੇ ਪਿਓਪਤ ਮੀਡੀਆ ਦੀਆਂ ਸੁਰਖੀਆਂ ਬਣੇ ਸੀ ਆ ਦੀਪਕ ਪ੍ਰੀ ਕੋਣੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਏਐਸਪੀ ਤੋਂ ਬਾਅਦ ਐਸਪੀ ਰੈਂਕ ਦੇ ਅਧਿਕਾਰੀ ਆ ਫਿਰ ਐਸਐਸਪੀ ਵੀ ਲੱਗੇ ਰਹੇ ਨੇ ਮਾਨਸਾ ਫਿਰ ਮਾਨਸਾ ਤੋਂ ਬਾਅਦ ਐਸ ਐਸਐਸਪੀ ਪਟਿਆਲਾ ਰਹੇ ਨੇ ਲੇਕਿਨ ਉਸ ਤੋਂ ਬਾਅਦ ਇਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਤੇ ਹੁਣ ਇਹ ਹੈੱਡਕੁਆਰਟਰ ਤੇ ਬਤੌਰ ਕੰਮ ਕਰ ਰਹੇ ਨੇ ਅਗਰ ਇਹਨਾਂ ਦੀ ਜੀਵਨ ਸਾਥਨ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ 2014 ਬੈਚ ਦੇ ਆਈਪੀਐਸ ਅਧਿਕਾਰੀ ਨੇ ਵੈਸੇ ਉਹਨਾਂ ਨੇ ਜੋ ਸਿਵਲ ਸਰਵਿਸ ਦੀ ਤਿਆਰੀ ਕੀਤੀ ਉਹਨਾਂ ਨੇ ਐਮਏ ਸੋਸ਼ੀਓਲੋਜੀ ਉਸ ਤੋਂ ਬਾਅਦ ਸਿਵਲ ਸਰਵਿਸ ਦੀ ਤਿਆਰੀ ਕੀਤੀ ਜਿਵੇਂ ਦੀਪਕ ਪ੍ਰੀਤ ਰਾਜਸਥਾਨ ਦੇ ਰਹਿਣ ਵਾਲੇ ਨੇ ਉਵੇਂ ਇਹਨਾਂ ਦੀ ਜਿਹੜੀ ਜੀਵਨ ਸਾਥਨ ਜਿਹੜੇ 2014 ਬੈਚ ਦੇ ਦੋਨੇ 2014 ਬੈਚ ਦੇ ਅਧਿਕਾਰੀ ਨੇ ਸੋਮਿਆ ਮਿਸ਼ਰਾ ਸੋਮਿਆ ਮਿਸ਼ਰਾ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੇ ਔਰ ਜੋ 2014 ਉਹਨਾਂ ਨੂੰ ਬੈਚ ਮਿਲਦਾ ਹੈਗਾ ਤੇ ਉਸ ਸਮੇਂ ਉਹਨਾਂ ਨੂੰ 오ਡੀਸਾ ਕਾਡਰ ਦਿੱਤਾ ਜਾਂਦਾ ਹੈਗਾ 오ਡੀਸਾ ਕਾਡਰ ਦੇ ਨੇ ਵੈਸੇ ਸੋਮਿਆ ਮਿਸ਼ਰਾ ਅਧਿਕਾਰੀ ਪੁਲਿਸ ਦੇ ਵਿੱਚ ਔਰ ਇਹਨਾਂ ਦੇ ਦੋਨਾਂ ਜਣਿਆਂ ਦਾ ਵਿਆਹ ਕਰੀਬ 22 ਨਵੰਬਰ 2015 ਨੂੰ ਹੋਇਆ ਸੀ ਉਸ ਤੋਂ ਬਾਅਦ ਇਹ ਲਗਾਤਾਰ ਕੋਸ਼ਿਸ਼ ਕਰ ਰਹੇ ਸੀ ਕਿ ਪੰਜਾਬ ਵਿੱਚ ਆਇਆ ਜਾਵੇ ਕਿਉਂਕਿ ਦੀਪਕ ਪ੍ਰੀਕ ਆਲਰੇਡੀ ਪੰਜਾਬ ਦੇ ਵਿੱਚ ਤਨਾਲਦਨ ਪੰਜਾਬ ਕਾਡਰ ਦੇ ਆਈਪੀਐਸ ਅਧਿਕਾਰੀ ਸਨ ਔਰ ਇਸ ਕਰਕੇ ਸੋਮਿਆ ਮਿਸ਼ਰਾ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹਨਾਂ ਦਾ ਕਾਡਰ ਤਬਦੀਲ ਕੀਤਾ ਜਾਵੇ ਕਿਉਂਕਿ ਵਿਆਹ ਦੇ ਆਧਾਰ ਤੇ ਮੀਆਂ ਬੀਬੀ ਦਾ ਜਿਹੜਾ ਕਾਡਰ ਉਹ ਲਾਰਟ ਹੋ ਸਕਦਾ ਹੁੰਦਾ ਹੈ ਔਰ ਇਸ ਕਰਕੇ ਕਿਉਂਕਿ ਦੋਨਾਂ ਦਾ ਜਿਹੜਾ ਹੋਮ ਸਟੇਟ ਨਹੀਂ ਸੀ ਇਸ ਕਰਕੇ ਦੀਪਕ ਪ੍ਰੀਕ ਪੰਜਾਬ ਦੇ ਵਿੱਚ ਇਸ ਕਰਕੇ ਸੋਮਿਆ ਮਿਸ਼ਰਾ ਹੋਣਾ ਨੇ ਵੀ ਪੰਜਾਬ ਵਾਸਤੇ ਅਪਲਾਈ ਕੀਤਾ ਔਰ ਕਰੀਬ ਇਹਨਾਂ ਨੂੰ 6 ਸਾਲ ਬਾਅਦ ਕਰੀਬ ਸੋਮਿਆ ਮਿਸ਼ਰਾ ਨੂੰ ਪੰਜਾਬ ਕਾਡਰ ਮਿਲ ਜਾਂਦਾ ਹੈਗਾ 3 ਫਰਵਰੀ 2021 ਨੂੰ ਭਾਰਤ ਸਰਕਾਰ ਵੱਲੋਂ ਜਿਹੜਾ ਕੇਂਦਰੀ ਗ੍ਰਹਿ ਮੰਤਰਾਲਾ ਉਹਨਾਂ ਦਾ ਕਾਡਰ Odisha ਤੋਂ ਬਦਲ ਕੇ ਪੰਜਾਬ ਕਰ ਦਿੱਤਾ ਜਾਂਦਾ ਹੈਗਾ ਔਰ ਇਸ ਸਮੇ ਸੋਮਿਆ ਮਿਸ਼ਰਾ ਅ ਐਡੀਸ਼ਨਲ ਡੀਸੀਪੀ ਲੁਧਿਆਣਾ ਦੇ ਵਿੱਚ ਕੰਮ ਕਰ ਰਿਹਾਗੇ ਨੇ ਜਦੋਂ ਉਹਨਾਂ ਨੂੰ 오ਡੀਸਾ ਤੋਂ ਬਦਲ ਕੇ ਪੰਜਾਬ ਭੇਜਿਆ ਗਿਆ ਸੀ ਔਰ 26 1 2023 ਤੋਂ बतौर ਜੁਆਇੰਟ ਪੁਲਿਸ ਕਮਿਸ਼ਨਰ ਲੁਧਿਆਣਾ ਕੰਮ ਕਰ ਰਹੇ ਨੇ ਜੀਸੀਪੀ ਦੇ ਤੌਰ ਤੇ ਲੁਧਿਆਣਾ ਕੰਮ ਕਰ ਰਹੇ ਆ ਕਿ ਨਹੀਂ ਔਰ ਜਦੋਂ ਇਹਨਾਂ ਨੇ ਐਪਲੀਕੇਸ਼ਨ ਬੇਨਤੀ ਕੀਤੀ ਸੀ ਭਾਰਤ ਸਰਕਾਰ ਨੂੰ ਉਸ ਸਮੇ ਇਹ ਸੋਮਾ ਮਿਸ਼ਰਾ ਬਵਨੇਸ਼ਵਰ ਦੇ ਵਿੱਚ बतौर ਡੀਸੀਪੀ ਟ੍ਰੈਫਿਕ ਦੇ ਤੌਰ ਤੇ ਕੰਮ ਕਰ ਰਹੇ ਨੇ ਤੇ ਉਸ ਤੋਂ ਬਾਅਦ ਪੰਜਾਬ ਕਾਡਰ ਮਿਲ ਜਾਂਦਾ ਹੈਗਾ ਹਾਲਾਂਕਿ ਕਿਉਂਕਿ ਇਹਨਾਂ ਦੀ ਹਲੇ ਸਰਵਿਸ ਚਾਹੇ 2014 ਬੈਚ ਦੇ ਨੇ ਕਰੀਬ 9 ਸਾਲ ਦੀ ਸਰਵਿਸ ਹੋ ਗਈ ਆ ਸਟਾਰਟ ਹੋ ਚੁੱਕੇ ਨੇ ਲੇਕਿਨ ਕਿਉਂਕਿ ਪੰਜਾਬ ਦੇ ਵਿੱਚ ਹਲੇ ਇਹਨਾਂ ਨੇ 2 ਕਿਸਾਲ ਹੀ ਕੰਮ ਕੀਤਾ ਹੈ ਕਿਉਂਕਿ 21 ਦੇ ਵਿੱਚ ਹੀ ਇਹਨਾਂ ਨੂੰ ਪੰਜਾਬ ਕਾਡਰ ਮਿਲਦਾ ਇਸ ਕਰਕੇ ਇਹ ਹਲੇ ਇਹਨਾਂ ਨੂੰ ਸਰਕਾਰ ਵੱਲੋਂ ਐਸਐਸਪੀ ਨਹੀਂ ਲਗਾਇਆ ਗਿਆ ਲੇਕਿਨ ਇਹਨਾਂ ਦੇ ਜਿਹੜੇ ਘਰ ਵਾਲੇ ਨੇ ਆਈਪੀਐਸ ਅਫੀਸਰ ਦੀਪਕ ਪ੍ਰੀਕ ਉਹ ਦੋ ਜ਼ਿਲ੍ਹਿਆਂ ਦੇ ਐਸਐਸਪੀ ਰਹਿ ਚੁੱਕੇ ਨੇ ਐਸਐਸਪੀ ਮਾਨਸਾ ਔਰ ਐਸਐਸਪੀ ਪਟਿਆਲਾ ਹੁਣ ਇਹ ਦੋਨੇ ਮੀਆਂ ਬੀਬੀ ਪੰਜਾਬ ਦੇ ਵਿੱਚ ਹੀ ਕੰਮ ਕਰ ਰਹੇ ਨੇ ਜਿਵੇਂ ਦੀਪਕ ਪ੍ਰੀਖ ਰਾਜਸਥਾਨ ਦੇ ਰਹਿਣ ਵਾਲੇ ਨੇ ਉਵੇਂ ਸੋਮਿਆ ਮਿਸ਼ਰਾ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਲੇਕਿਨ ਉਹਨਾਂ ਨੂੰ ਕਾਡਰ 오ਡੀਸਾ ਮਿਲਦਾ ਬੁਬਨੇਸ਼ਵਰ ਦੇ ਵਿੱਚ ਉਹਨਾਂ ਨੇ ਨੌਕਰੀ ਕੀਤੀ ਬਤੌਰ ਡੀਸੀਪੀ ਲੇਕਿਨ ਬਾਅਦ ਵਿੱਚ ਵਿਆਹ ਹੋ ਜਾਂਦਾ ਤੇ ਦੋਨੇ ਆ ਕੇ ਇਹਨਾਂ ਦਾ ਪੰਜਾਬ ਦੇ ਵਿੱਚ ਮਲਾਪ ਹੋ ਜਾਂਦਾ ਹੈਗਾ ਪਰ ਇਸ ਸਮੇਂ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਅਸੀਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਆਈਪੀਐਸ ਅਫਸਰ ਜਾਂ ਆਈਐਸ ਅਫਸਰ ਜਾਂ ਜਿਹੜੇ ਜੋੜੀਆਂ ਨੇ ਅpsara ਦੀਆਂ ਮੀਆਂ ਬੀਬੀ ਦੀਆਂ ਜੋੜੀਆਂ ਪਤੀ ਪਤਨੀ ਦੀਆਂ ਜੋੜੀਆਂ ਸਾਡਾ ਜਿਹੜਾ ਮੁੱਖ ਮੰਤਵ ਹੀ ਵਾਰ-ਵਾਰ ਹੀ ਦਰਾਂ ਨੇ ਕਿ ਜਿਹੜੇ ਵੀ ਪੰਜਾਬ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਸਿਵਲ ਸਰਵਿਸ ਦੀ ਤਿਆਰੀ ਕਰਨਾ ਚਾਹੁੰਦੇ ਨੇ ਇਹ ਜਿਹੜੀਆਂ ਅpsara ਦੀਆਂ ਕਹਾਣੀਆਂ ਨੇ ਉਹ ਜ਼ਰੂਰ ਤੁਹਾਡੇ ਵਾਸਤੇ ਪ੍ਰੇਰਨਾ ਸਰੋਤ ਦੇ ਤੌਰ ਤੇ ਸਾਬਤ ਹੋ ਰਹੀਆਂ ਹੋਣਗੀਆਂ ਕਿ ਜਦੋਂ ਤੁਸੀਂ ਸਿਵਲ ਸਰਵਿਸ ਦੀ ਤਿਆਰੀ ਕਰਦੇ ਹੋ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਉਸ ਤੋਂ ਬਾਅਦ ਜੰਗੀ ਮਿਹਨਤ ਕਰਦੇ ਹੋ ਤੇ ਫਲ ਵੀ ਸੋਨਾ ਮਿਲਦਾ ਹੈਗਾ ਔਰ ਤੁਸੀਂ ਜਾਂ ਆਈਐਸ ਜਾਂ ਆਈਪੀਐਸ ਜਾਂ ਆਈਐਫਐਸ ਵੀ ਨਿਯੁਕਤ ਹੋ ਜਾਂਦੇ ਹੋ ਲੱਗ ਜਾਂਦੇ ਹੋ ਆਈਆਰਐਸ ਵੀ ਨਿਯੁਕਤ ਹੋ ਜਾਂਦੇ ਹੋ ਔਰ ਉਸ ਤੋਂ ਬਾਅਦ ਜਿਹੜੇ ਤੁਹਾਡੇ ਜੀਵਨ ਸਾਥੀ ਹਮਸਫਰ ਆ ਉਸੇ ਹੀ ਹਮ ਰਤਬਾ ਹੀ ਮਿਲ ਜਾਂਦੇ ਨੇ ਜਿਵੇਂ ਚਾਏ ਦੀਪਕ ਪਰੀ ਕੋਣੀ ਰਾਜਸਥਾਨ ਦੇ ਰਹਿਣ ਵਾਲੇ ਸਨ ਪੰਜਾਬ ਕਾਟਰ ਮਿਲ ਜਾਂਦਾ ਹੈਗਾ 2014 ਬੈਚ ਦੇ ਹੀ ਸੋਮਿਆ ਮਿਸ਼ਰਾ ਹੀ वैसे उत्तर प्रदेश ਦੇ ਰਹਿਣ ਵਾਲੇ ਨੇ ਲੇਕਿਨ ਉਹਨਾਂ ਨੂੰ 오ਡੀਸਾ ਜੋਬ ਮਿਲਦੀ ਹੈ ਲੇਕਿਨ ਪੰਜਾਬ ਕਿਉਂਕਿ ਦੀਪਕ ਪ੍ਰੀਖ ਪੰਜਾਬ ਕਾਢ ਰਿਸਿਸ ਕਰਕੇ ਦੋਨੇ ਜਾਣੇ ਹੁਣ ਪੰਜਾਬ ਦੇ ਵਿੱਚ ਬਤੌਰ ਪੁਲਿਸ ਅਧਿਕਾਰੀ ਦੇ ਤੌਰ ਤੇ ਕੰਮ ਕਰ ਰਹੇ ਨੇ ਤੇ ਇਸ ਕਰਕੇ ਜਿਨ੍ਹਾਂ ਨੇ ਯੂਪੀਐਸਸੀ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਜਾਂ ਜਿਨ੍ਹਾਂ ਨੇ ਟੀਚਰ ਕਿਹਾ ਤੇ لازਮੀ ਤੌਰ ਤੇ ਇਹ ਜਿਹੜੀਆਂ ਮਸਾਲਾ ਅਸੀਂ ਤੁਹਾਡੇ ਅੱਗੇ ਰੱਖ ਰਹੇ ਹਾਂ ਪੇਸ਼ ਕਰੇ لازਮੀ ਤੌਰ ਤੇ ਤੁਹਾਨੂੰ ਉਹਦਾ ਫਾਇਦਾ ਮਿਲੂਗਾ ਕਿਉਂਕਿ ਤੁਸੀਂ ਇਹਨਾਂ ਦੀਆਂ ਕਹਾਣੀਆਂ ਵੇਖ ਵੀ ਸਕਦੇ ਸੁਣ ਵੀ ਸਕਦੇ ਆਗੇ ਔਰ ਤੁਸੀਂ ਜਦੋਂ ਮਿਹਨਤ ਕਰੋਗੇ ਤੇ ਲਾਜ਼ਮੀ ਤੌਰ ਤੇ ਸਫਲਤਾ ਤੁਹਾਨੂੰ ਪ੍ਰਾਪਤ ਹੁੰਦੀ ਹੈਗੀ ਤੇ ਇਸ ਕਰਕੇ ਸਾਡਾ ਜਿਹੜਾ ਮੁੱਖ ਮੰਤਵ ਇਹ ਆ ਹਾਲਾਂਕਿ ਸਾਰਿਆਂ ਨੂੰ ਪਤਾ ਹੀ ਆ ਕਿ ਦੀਪਕ ਪ੍ਰੀਕ ਐਸਐਸਪੀ ਮਾਨਸਾ ਰਹੇ ਚੁਕੇ ਉਸ ਤੋਂ ਬਾਅਦ ਉਹ ਐਸਐਸਪੀ ਪਟਿਆਲਾ ਰਹੇ ਚੁਕੇ ਨੇ ਸੋਮਿਆ ਮਿਸ਼ਰਾ ਇਸ ਸਮੇਂ ਪਹਿਲਾਂ ਉਹਨਾਂ ਦੀ ਜਦੋਂ ਪਹਿਲੀ ਪੋਸਟਿੰਗ ਇੱਥੇ ਹੁੰਦੀ ਜਦੋਂ ਵਿਆਹ ਤੋਂ ਬਾਅਦ ਉਹਨਾਂ ਨੂੰ ਪੰਜਾਬ ਕਾਡਰ ਮਿਲ ਜਾਂਦਾ ਬਤੌਰ ਏਡੀਐਸਪੀ ਵਨ ਦੇ ਤੌਰ ਤੇ ਲੁਧਿਆਣਾ ਕੰਮ ਕਰਦੇ ਨੇ ਫਿਰ ਉਹਨਾਂ ਨੂੰ ਜੁਆਇੰਟ ਸੀਪੀ ਦੀ ਜ਼ਿੰਮੇਵਾਰੀ ਮਿਲ ਜਾਂਦੀ ਹੈਗੀ ਇਹ ਸਾਰਿਆਂ ਨੂੰ ਪਤਾ ਹੈਗਾ ਲੇਕਿਨ ਇੱਕ ਬਹੁਤ ਲੋਕਾਂ ਨੂੰ ਘੱਟ ਪਤਾ ਹੁੰਦਾ ਹੈ ਕਿ ਇਹਨਾਂ ਦੇ ਆਪਸ ਦੇ ਵਿੱਚ ਕੀ ਰਿਸ਼ਤੇ ਨੇ ਔਰ ਕਿਵੇਂ ਫਿਰ ਤਿਆਰੀ ਕਰਦੇ ਨੇ ਆਈਪੀਐਸ ਦੀ ਜਾਂ ਆਈਐਸ ਦੀ ਯੂਪੀਐਸਸੀ ਦੀ ਸਿਵਲ ਸਰਵਿਸ ਤਿਆਰੀ ਹੈਗੀ ਤਾਂ ਫਿਰ ਕਾਡਰ ਵੀ ਚੰਗਾ ਮਿਲ ਜਾਂਦਾ ਔਰ ਤੁਹਾਡਾ ਜੀਵਨ ਸਾਥੀ ਵੀ ਤੁਹਾਨੂੰ ਚੰਗਾ ਮਿਲ ਜਾਂਦਾ ਹੈਗਾ ਤਾਂ ਉਮੀਦ ਕਰ ਰਿਹਾ ਹਾਂ ਅਸੀਂ ਕਿ ਜਿਹੜੀਆਂ ਅਸੀਂ ਤੁਹਾਨੂੰ ਪੁਲਿਸ ਅਫਸਰ ਚਾਹੀਓ ਆਈਪੀਐਸ ਅਫਸਰ ਹੋਣ ਚਾਹੀ ਆਈਐਸ ਅਫਸਰ ਹੋਣ ਜਿਹੜੇ ਮੀਆਂ ਬੀਬੀ ਦੀਆਂ ਜੋੜੀਆਂ ਨੇ ਅਫਸਰਾਂ ਦੀਆਂ ਜੋੜੀਆਂ ਨੇ ਉਹ ਜਿਹੜੀਆਂ ਕਹਾਣੀਆਂ ਸੀ ਤੁਹਾਨੂੰ ਦੱਸ ਰਿਹਾ ਉਹਦਾ ਜਰੂਰ ਤੁਹਾਨੂੰ ਫਾਇਦਾ ਮਿਲੇਗਾ ਬਲਕਿ ਇੱਕ ਹੋਰ ਪੁਲਿਸ ਅਫਸਰਾਂ ਦੀ ਕਹਾਣੀ ਦੱਸਾਂਗੇ ਦੋਨੇ ਇੰਟਰਨੈਸ਼ਨਲ ਪਲੇਅਰ ਨੇ ਅਰਜੁਨਾ ਬਾੜੀ ਨੇ 골ਡ ਮੈਡਲਿਸਟ ਨੇ ਬਤੌਰ ਐਸਪੀ ਦੇ ਤੌਰ ਤੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਸੋਹਣੀ ਸੁਨੱਖੀ ਤੇ ਸਰਦਾਰਾਂ ਦੀ ਜੋੜੀ ਵੱਜਦੀ ਹੈਗੀ ਆ ਇੱਕ ਐਥਲੈਟਿਕਸ ਨੇ ਇੱਕ ਹਾਕੀ ਦੇ ਪਲੇਅਰ ਨੇ ਇੰਡੀਆ ਹੌਕ ਵਾਸਤੇ ਖੇਡ ਚੁੱਕਿਆਗੇ ਨੇ ਉਸ ਜੋੜੀ ਦੀ ਕਹਾਣੀ ਸੁਣਨ ਵਾਸਤੇ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ